ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਵਾਗਤ ਹੈ ਜੀ ਤੁਹਾਡਾ ਨਾਗਰ ਡੈਰੀ ਫਾਰਮ YouTube ਚੈਨਲ ਤੇ ਅੱਜ ਜੀ ਤੁਹਾਨੂੰ ਵੀਡੀਓ ਦਿਖਾ ਰਿਹਾ ਜੀ ਪਿੰਡ ਤਲਵੰਡੀ ਮਹਿਮਾ ਜ਼ਿਲ੍ਹਾ ਕਪੂਰਥਲਾ ਜੀ ਆਹ ਤੀਜੇ ਸੂਏ ਮਾਜੇਗੀ ਜੀ ਤੀਸਰੇ ਸੂਏ ਸਮਝ ਲਓ ਚੌਥੇ ਸੂਏ ਸਮਝ ਲਓ ਇਹਨੂੰ ਜਿੰਨਾਂ ਕੋਲੋਂ ਲੈਂਦੀ ਆ ਉਹਨਾਂ ਨੇ ਤੀਜੇ ਸੂਏ ਦੱਸਿਆ ਜੀ ਤੁਸੀਂ ਆਪਣੀ ਸਮਝ ਨਾਲ ਤੀਸਰੇ ਸੂਏ ਮੰਨ ਲਓ ਇਹਨੂੰ ਭਾਵੇਂ ਚੌਥੇ ਸੂਏ ਮੰਨ ਲਓ ਜੀ ਬਹੁਤ ਚੰਗੀ ਮੱਝ ਹੈ ਜੀ ਵੱਡਾ ਕਾਧਵਾ ਬਹੁਤ ਚੰਗੇ ਦੁੱਧ ਵਾਲੀ ਮੱਝ ਹੈ ਜੀ ਪਿਛਲੇ ਸੂਏ ਦੁੱਧ ਦਿੱਤਾ ਜੀ 15 ਕਿਲੋ 15 ਕਿਲੋ ਦੁੱਧ ਦਿੱਤਾ ਸੀਗਾ ਜੀ ਪਿਛਲੇ ਸੂਏ ਅਹ ਦੇਖੀ ਚੰਗੇ ਦੁੱਧ ਦੀ ਉਮੀਦ ਹੈ ਜੀ ਸੈਂਕ ਕੁਆਲਿਟੀ ਤੁਸੀਂ ਚੈੱਕ ਕਰ ਲਓ ਕੁੰਡੇ ਸਿੰਗਾ ਥੋੜਾ ਉੱਚਾ ਕੁੰਡਾ ਹੈ ਜੀ ਉੱਪਰੋਂ ਘੁੰਮਿਆ ਹੋਇਆ ਵਾ ਉੱਚਾ ਕੁੰਡਾ ਸਿੰਗਵਾ ਆਰਡਰ ਕੁਆਲਿਟੀ ਬਹੁਤ ਜ਼ਬਰਦਸਤ ਹੈਗੀ ਜੀ ਐਚ ਐਫ گاਾਂ ਦਾ ਆਰਡਰ ਲੱਗਿਆ ਜੀ ਜਿੱਦਾਂ ਐਚ ਐਫ گاਾਂਾਂ ਨੂੰ ਆਰਡਰ ਲੱਗਿਆ ਹੁੰਦਾ ਇੰਦਾਂ ਬਹੁਤ ਵੱਡਾ ਆਰਡਰ ਲੱਗਿਆ ਜੀ ਮੱਝ ਨੂੰ ਕੱਲਾ ਕੱਲਾ ਥਣ ਲੱਗਿਆ ਜੀ ਬਾਕੀ ਕੁਆਲਿਟੀ ਤੁਸੀਂ ਵੀਡੀਓ ਚ ਚੈੱਕ ਕਰ ਲਓ ਬਿਲਕੁਲ ਮੁਠੀ ਦੇ ਆਕਾਰ ਦੇ ਥਾਣਾ ਜੀ ਵੱਡੀ ਹਾਈਟ ਆ ਵੱਡੀ ਮੱਝ ਹੈ ਜੀ 15 ਕਿਲੋ ਦੁੱਧ ਦੀ ਰਿਪੋਰਟ ਹੈ ਜੀ ਪਿਛਲੇ ਸਵੇਰ ਦੀ ਅਹ ਦੇਖੀ ਅਗਰ ਵਧੀਆ ਸੇਵਾ ਹੋ ਜਵੇ ਤੇ ਦੁੱਧ ਦੇ ਦਊਗੀ 16-17 ਕਿਲੋ ਮਾਝੀ ਆ ਦੇਖੋ ਆਰਡਰ ਚੈੱਕ ਕਰੋ ਜਰਾ ਜਿੱਦਾਂ ਆ ਚਫਗਾਨ ਨੂੰ ਆਰਡਰ ਲੱਗਦਾ ਇਦਾਂ ਆਰਡਰ ਲੱਗਿਆ ਜੀ ਬਹੁਤ ਵੱਡਾ ਆਰਡਰ ਲੱਗਿਆ 30 ਤਰੀਕ ਨੂੰ ਦਿਨ ਪੂਰੇ ਹੈ ਜੀ ਮਾਝ ਦੇ 30 ਦਸੰਬਰ ਨੂੰ ਦਿਨ ਪੂਰੇ ਹੈ ਜੀ ਇੱਕ ਹਫਤਾ ਲਊਗੀ ਮਾਝੇ ਇੱਕ ਹਫਤਾ ਮਾਝ ਨਹੀਂ ਸੁੰਦੀ ਬਹੁਤ ਵਧੀਆ ਆਰਡਰ ਤਿਆਰ ਕਰੂਗੀ ਆ ਦੇਖੋ ਥਣਾ ਦੀ ਕੁਆਲਿਟੀ ਦੇਖ ਲਓ ਅਗਰ ਵੀਡੀਓ ਵਧੀਆ ਲੱਗੇ ਤੇ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਮੱਝ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਦੀ ਮੱਝ ਲੱਗੀ 90000 ਰੁਪਏ ਮੱਝ ਦਾ ਮੁੱਲ ਹੈ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਮੌਕੇ ਤੇ ਮਾਨਤਾਨ ਹੋ ਜਾਊਗਾ ਅਗਰ ਵੀਡੀਓ ਵਧੀਆ ਲੱਗੇ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਜੋ ਕਿ ਕਿਸੇ ਹੋਰ ਵੀਰ ਦਾ ਹੀ ਫਾਇਦਾ ਹੋ ਜਾਵੇ ਅਗਰ ਕਿਸੇ ਨੇ ਵਧੀਆ ਮੱਝ ਲੈਣੀ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਚਲੋ ਉਹਦਾ ਹੀ ਫਾਇਦਾ ਹੋ ਜਾਵੇ ਧੰਨਵਾਦ ਜੀ ਸਾਰੇ ਭਰਾਵਾਂ ਨੂੰ ਵੀਡੀਓ ਦੇਖਣ ਵਾਲਿਆਂ ਨੂੰ